ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿੰਡ ਕਮਾਲਪੁਰ ਦੇ ਵਿੱਚ ਬੀਤੀ ਰਾਤੀ, ਜਾਣੀ ਕਿ ਕੱਲ੍ਹ ਵਾਲੀ ਰਾਤ ਪਾਈ, ਗਰੀਬ ਪਰਿਵਾਰ ਦੇ ਵਿੱਚ ਚਾਰ ਮੈਂਬਰ ਸੀਗੇ, ਜੋ ਘਰ ਦੀ ਛੱਤ ਦਾ ਲੈਂਟਰ ਡਿੱਗਣ ਕਾਰਨ ਦੋ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ, ਅਤੇ ਦੋ ਜਿਹੜੇ ਪਰਿਵਾਰ ਦੇ ਮੈਂਬਰ ਨੇ, ਜਾਣੀ ਕਿ ਬਾਪ ਅਤੇ ਪੁੱਤ, ਮੌਤ ਦੀ ਲੜਾਈ ਨੂੰ ਜਿਹੜੇ ਹਸਪਤਾਲ ਦੇ ਵਿੱਚ ਜੂਝ ਰਹੇ ਨੇ, ਔਰ ਮਾਂ ਅਤੇ ਧੀ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ, ਔਰ ਜਿੰਨੇ ਵੀ ਸਾਡੇ ਭਰਾ ਪੰਜਾਬੀ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ NRI ਭਰਾ ਜੋ ਦਾਨੀ ਬੈਠੇ ਹੈਗੇ, ਮੇਰੀ ਵੱਧ ਤੋਂ ਵੱਧ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ, ਜੋ ਮੰਦ ਭਾਗੀ ਹਾਲਤ ਹੈ ਇਸ ਪਰਿਵਾਰ ਦੀ। ਤੁਸੀਂ ਵੇਖ ਸਕਦੇ ਹੋ ਵੀ ਆਹ ਜਿਹੜਾ ਜੋ ਹਾਦਸਾ ਹੈਗਾ, ਇਹ ਪਿੰਡ ਦੇ ਵਿੱਚ ਸਾਰੇ ਆਹ ਨਗਰ ਖੜ੍ਹਾ ਸਾਡੇ ਪਿੰਡ ਦਾ ਸਾਰਾ ਹੀ ਨਗਰ ਸਾਡੇ, ਕਿਉਂਕਿ ਇਹ ਇਕੱਲਾ ਨਗਰ ਨਾਲ ਨਹੀਂ, ਕੋਈ ਇਕੱਲੇ ਨਾਲ ਨਹੀਂ, ਕਿਉਂਕਿ ਬਹੁਤ ਗਰੀਬ ਪਰਿਵਾਰ ਹੈ। ਪਰਿਵਾਰ ਦੇ ਵਿੱਚ ਦਾਦਾ ਦਾਦੀ ਨੇ, ਉਹ ਬਿਰਧ ਨੇਗੇ, ਉਹਨਾਂ ਤੋਂ ਕੰਮ ਕਰਨ ਦਾ ਕੋਈ ਸਾਧਨ ਨਹੀਂ, ਬਹੁਤ ਗਰੀਬ ਪਰਿਵਾਰ, ਤੁਸੀਂ ਆਪ ਦੇਖ ਸਕਦੇ ਘਰ ਦੀ ਹਾਲਤ। ਅਤੇ ਪਿੰਡ ਵੀ ਸਾਡੇ ਨਾਲ ਆ, ਜਿੰਨੀ ਕੁ ਸਾਡੇ ਤੋਂ ਪਿੰਡ ਤੋਂ ਮਦਦ ਹੋ ਰਹੀ ਅਸੀਂ ਪਿੰਡ ਦੇ ਵਿੱਚੋਂ ਇਕੱਠਾ ਕਰਾਂਗੇ, ਕਿਉਂਕਿ ਇਹ ਇਕੱਲੇ ਦਾ ਕੰਮ ਨਹੀਂ। ਜਿਹੜਾ ਬੇਟਾ ਸੀਗਾ ਉਹਦੀ ਸਿਰ ਦੀ ਹੱਡੀ ਜਿਹੜੀ ਟੁੱਟਣ ਕਾਰਨ ਉਹਨੂੰ, ਕਿਉਂਕਿ ਡਾਕਟਰ ਕਹਿ ਰਹੇ ਨੇ ਵੀ ਉਹਨੂੰ PGI ਰੈਫਰ ਕੀਤਾ ਜਾਣਾ, ਕਿਉਂਕਿ ਸਿਰ ਦੀ ਬਹੁਤ ਸੱਟ ਗੰਭੀਰ ਹੁੰਦੀ ਹੈ। ਅਤੇ ਇਸ ਕਰਕੇ ਮੇਰੀ ਬੇਨਤੀ ਆ, ਹੱਥ ਬੰਨ ਕੇ ਬੇਨਤੀ ਆ, ਜਿੱਥੇ ਵੀ ਮੇਰੇ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਜਾਂ ਜਿੱਥੇ ਜਿੱਥੇ ਵੀ ਸਾਡੇ ਦਾਨੀ ਭਰਾ ਬੈਠੇ ਆ, ਸਾਡੇ ਜਿੰਨੇ ਵੀ NRI ਭਰਾ ਜਾਂ ਸਾਡੇ ਪੰਜਾਬੀ ਭਰਾ ਬੈਠੇ ਆ, ਮੇਰੀ ਹੱਥ ਬੰਨ ਕੇ ਬੇਨਤੀ ਵੀ ਵੱਧ ਤੋਂ ਵੱਧ ਇਸ ਪਰਿਵਾਰ ਦਾ ਸਾਥ ਦਿਓ। ਅਤੇ ਸਾਡਾ ਨੰਬਰ ਤੁਸੀਂ ਨੋਟ ਕਰ ਲਿਓ, ਜੇ ਸਾਡੇ ਕਿਸੇ ਵੀ ਭਰਾ ਦੀ ਕੋਈ ਮਦਦ ਇਸ ਪਰਿਵਾਰ ਦੇ ਲਈ ਕੋਈ ਬਣਦਾ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ, 97-809-85-411। ਦੁਬਾਰਾ ਫਿਰ ਮੈਂ ਨੰਬਰ ਬੋਲਦਾ, 97-80-98-53-11। ਇਹ ਨੰਬਰ ਤੁਸੀਂ, ਇਸ ਨੰਬਰ ਦੇ ਉੱਪਰ ਗੱਲ ਕਰਕੇ ਤੁਸੀਂ ਮਦਦ ਕਰ ਸਕਦੇ ਹੋ। ਅਤੇ ਜੇ ਮਦਦ ਨਹੀਂ ਵੀ ਕਰਨੀ, ਤਾਂ ਜਿੰਨੇ ਵੀ ਸਾਡੇ ਭਰਾ ਇਸ ਵੀਡੀਓ ਨੂੰ ਦੇਖ ਰਿਹਾ, ਤਾਂ ਘੱਟੋ ਘੱਟ ਹੱਥ ਬੰਨ ਕੇ ਮੇਰੀ ਬੇਨਤੀ ਹੈ, ਕਿਉਂਕਿ ਬਹੁਤ ਗਰੀਬ ਪਰਿਵਾਰ ਆ, ਇਹੋ ਜਿਹਾ ਰੱਬ ਵਕਤ ਕਿਸੇ ਤਰ੍ਹਾਂ ਪਾਵੇ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਸ।